Mohali Airport. Call 9207492074. इस न्यूज हेडलाइंस के प्रायोजक एरोट्रो होम्स नियर मोहाली एयरपोर्ट. कॉल 9207492074. ਸੀਐਮ ਭਗਵੰਤਪਾਲ ਨੂੰ ਵਿਦੇਸ਼ ਮੰਤਰਾਲੇ ਤੋਂ ਪੈਰਿਸ ਜਾਣ ਦੀ ਨਹੀਂ ਮਿਲੀ ਮਨਜ਼ੂਰੀ. ਕੱਲ ਹੋਣ ਵਾਲਾ ਹਾਕੀ ਦਾ ਮੈਚ ਵੇਖਣ ਦੇ ਲਈ ਜਾਣਾ ਚਾਹੁੰਦੇ ਸਨ ਸੀਐਮ, ਤਾਂ ਕੱਲ ਕੁਆਟਰ ਫਾਈਨਲ ਦੇ ਵਿੱਚ ਮੈਚ ਖੇਡੇਗੀ ਟੀਮ ਇੰਡੀਆ. ਜੰਮੂ ਕਸ਼ਮੀਰ ਦੇ ਵਿੱਚ ਵੱਧ ਰਹੀਆਂ ਅੱਤਵਾਦੀ ਘਟਨਾਵਾਂ ਦੇ ਵਿਚਾਲੇ ਗ੍ਰਹਿ ਮੰਤਰਾਲੇ ਦਾ ਵੱਡਾ ਐਕਸ਼ਨ. ਬੀਐਸਐਫ ਦੇ ਡੀਜੀ ਨਿਤਿਨ ਅਗਰਵਾਲ ਅਤੇ ਸਪੈਸ਼ਲ ਡੀਜੀ YB ਖੁਰਾਨੀਆ ਨੂੰ ਕਾਰਜਕਾਲ ਦੇ ਵਿਚਾਲੇ ਹੀ ਹਟਾਇਆ. ਕੈਡਰ ਦੇ ਵਿੱਚ ਹੋਈ ਵਾਪਸੀ. ਪ੍ਰਧਾਨ ਮੰਤਰੀ ਮੋਦੀ ਵੱਲੋਂ ਦਿੱਲੀ ਦੇ ਵਿੱਚ ਖੇਤੀ ਅਰਥਸ਼ਾਸਤਰੀਆਂ ਦੀ ਇੰਟਰਨੈਸ਼ਨਲ ਕਾਨਫਰੰਸ ਦਾ ਉਦਘਾਟਨ. ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਚੌਹਾਨ ਵੀ ਸ਼ਾਮਲ. 65 ਸਾਲ ਬਾਅਦ ਭਾਰਤ ਦੇ ਵਿੱਚ ਹੋ ਰਹੀ ਕਾਨਫਰੰਸ. ਹਿਮਾਚਲ ਦੇ ਵਿੱਚ ਫਿਰ ਫਟਿਆ ਬਦਲ. ਲਾਹੌਲ ਸਪਿਤੀ ਦੇ ਸਗਨਮ ਪਿੰਡ ਦੇ ਵਿੱਚ ਆਇਆ ਸੈਲਾਬ. ਹੜ੍ਹ ਦੀ ਲਪੇਟ ਦੇ ਵਿੱਚ ਆਉਣ ਦੇ ਨਾਲ ਮਹਿਲਾ ਦੀ ਮੌਤ. ਮਨੂ ਭਾਕਰ ਦੇ ਕੋਲ ਅੱਜ ਤੀਜਾ ਮੈਡਲ ਜਿੱਤਣ ਦਾ ਚਾਂਸ. 25 ਮੀਟਰ ਪਿਸਟਲ ਸ਼ੂਟਿੰਗ ਦੇ ਫਾਈਨਲ ਦਾ ਦੁਪਹਿਰ 1 ਵਜੇ ਮੁਕਾਬਲਾ. 2 ਬ੍ਰਾਂਜ਼ ਮੈਡਲ ਜਿੱਤ ਚੁੱਕੀ ਹੈ ਮਨ. ਵੱਡੀ ਖਬਰ ਆ ਰਹੀ ਹੈ ਇਸ ਵੇਲੇ ਦੀ. ਸੀਐਮ ਤੋਂ ਬਾਅਦ ਸਪੀਕਰ ਨੂੰ ਵੀ ਵਿਦੇਸ਼ ਜਾਣ ਦੀ ਇਜਾਜ਼ਤ ਨਹੀਂ ਮਿਲੀ ਹੈ, ਪਰਮਿਸ਼ਨ ਨਹੀਂ ਮਿਲੀ ਹੈ. ਤਾਂ ਸਪੀਕਰ ਕੁਲਤਾਰ ਸਿੰਘ ਸੰਧਵਾ ਅਮਰੀਕਾ ਜਾਣ ਦੀ ਮਨਜ਼ੂਰੀ ਨਹੀਂ ਮਿਲੀ ਹੈ. ਸੰਧਵਾ ਨੇ ਅਮਰੀਕਾ ਦੇ ਵਿੱਚ ਹੋ ਰਹੀ ਸਿਆਸੀ ਕਾਨਫਰੰਸ ਦੇ ਵਿੱਚ ਸ਼ਾਮਲ ਹੋਣਾ ਸੀ. ਕੇਂਦਰ ਸਰਕਾਰ ਨੇ USA ਜਾਣ ਦੇ ਲਈ ਕਲੀਅਰੈਂਸ ਨਹੀਂ ਦਿੱਤੀ ਹੈ. ਸਪੀਕਰ ਕੁਲਤਾਰ ਸੰਧਵਾ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਕਲੀਅਰੈਂਸ ਨਾ ਹੋਣ ਦੇ ਵਜ੍ਹਾ ਦੇ ਪਿੱਛੇ ਸਿਆਸੀ ਏਜੰਡਾ ਲੱਗਦਾ ਹੈ, ਤਾਂ ਸਪੀਕਰ ਦੇ ਵੱਲੋਂ ਇਹ ਕਿਹਾ ਗਿਆ. ਤਾਂ ਦੱਸਿਆ ਕਿ ਹਾਲੇ ਦੇ ਵਿੱਚ ਇਹ ਖਬਰ ਆਈ ਥੋੜ੍ਹੀ ਦੇਰ ਪਹਿਲਾਂ ਕਿ ਸੀਐਮ ਭਗਵੰਤ ਮਾਨ ਨੂੰ ਪੈਰਿਸ ਜਾਣ ਦੀ ਇਜਾਜ਼ਤ ਨਹੀਂ ਮਿਲੀ. ਉਹਨਾਂ ਨੇ ਉੱਥੇ ਜਾਣਾ ਸੀ, ਹੌਸਲਾ ਅਫਜ਼ਾਈ ਕਰਨੀ ਸੀ, ਖਾਸ ਤੌਰ ਤੇ ਪੰਜਾਬ ਦੇ ਜਿਹੜੇ ਖਿਡਾਰੀ ਨੇ ਔਰ ਬਾਕੀ ਭਾਰਤੀ ਖਿਡਾਰੀਆਂ ਦੀ ਵੀ, ਤਾਂ ਉਹਨਾਂ ਦੇ ਵੱਲੋਂ ਇਜਾਜ਼ਤ ਮੰਗੀ ਗਈ ਸੀ, ਜਦਕਿ ਕੇਂਦਰ ਸਰਕਾਰ ਨੇ ਮਨਾ ਕਰ ਦਿੱਤਾ. ਜਾਂ ਕਹਿ ਲਈਏ ਕਿ ਜੋ ਜਾਣਕਾਰੀ ਮਿਲ ਰਹੀ ਹੈ ਸੋਰਸਿਸ ਦੇ ਹਵਾਲੇ ਤੋਂ, ਸੁਰੱਖਿਆ ਦੇ ਕਾਰਨਾਂ ਦੇ ਕਾਰਨ ਇਜਾਜ਼ਤ ਨਹੀਂ ਦਿੱਤੀ ਗਈ. ਤਾਂ ਜਿਸ ਤੋਂ ਬਾਅਦ ਹੁਣ ਇਹ ਖਬਰ ਆ ਰਹੀ ਹੈ ਸੀਐਮ ਤੋਂ ਬਾਅਦ ਹੁਣ ਸਪੀਕਰ ਕੁਲਤਾਰ ਸੰਧਵਾ ਨੂੰ ਵੀ ਵਿਦੇਸ਼ ਜਾਣ ਦੀ ਇਜਾਜ਼ਤ ਨਹੀਂ ਮਿਲੀ ਹੈ. ਔਰ ਕੁਲਤਾਰ ਸੰਧਵਾ ਨੇ ਸਪੀਕਰ ਨੇ ਅਮਰੀਕਾ ਜਾਣਾ ਸੀ, ਤਾਂ ਅਮਰੀਕਾ ਜਾਣ ਦੇ ਲਈ ਮਨਜ਼ੂਰੀ ਨਹੀਂ ਦਿੱਤੀ ਗਈ. ਸੰਧਵਾ ਨੇ ਅਮਰੀਕਾ ਦੇ ਵਿੱਚ ਸਿਆਸੀ ਕਾਨਫਰੰਸ ਹੋ ਰਹੀ ਹੈ ਉਸ ਦੇ ਵਿੱਚ ਸ਼ਮੂਲੀਅਤ ਕਰਨੀ ਸੀ, ਤਾਂ ਕੇਂਦਰ ਸਰਕਾਰ ਨੇ USA ਜਾਣ ਦੇ ਲਈ ਕਲੀਅਰੈਂਸ ਨਹੀਂ ਦਿੱਤੀ ਹੈ. ਇਹ ਸਪੀਕਰ ਜਾਣਕਾਰੀ ਖੁਦ ਦੇ ਰਹੇ ਨੇ, ਉਹਨਾਂ ਨੇ ਖੁਦ ਦੱਸਿਆ ਹੈ. ਤਾਂ ਕਲੀਅਰੈਂਸ ਨਾ ਹੋਣ ਪਿੱਛੇ ਸਿਆਸੀ ਏਜੰਡਾ ਲੱਗਦਾ. ਇਸ ਤੋਂ ਪਹਿਲਾਂ ਦੱਸ ਦਈਏ ਕਿ ਜਦੋਂ ਅਸੀਂ ਗੱਲਬਾਤ ਕੀਤੀ ਆਮ ਆਦਮੀ ਪਾਰਟੀ ਦੇ ਆਗੂ ਦੇ ਨਾਲ ਵੀ, BJP ਦੇ ਆਗੂ ਵੀ ਜਵਾਬ ਦੇ ਰਹੇ ਸਨ, ਤਾਂ ਆਮ ਆਦਮੀ ਪਾਰਟੀ ਦੇ ਆਗੂ ਦਾ ਇਹ ਕਹਿਣਾ ਸੀ ਕਿ ਇਸ ਤੋਂ ਪਹਿਲਾਂ ਅਰਵਿੰਦ ਕੇਜਰੀਵਾਲ ਸਿੰਗਾਪੁਰ ਜਾਣਾ ਚਾਹੁੰਦੇ ਸਨ, ਉੱਥੇ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ. ਗੋਪਾਲ ਰਾਏ ਉਹਨਾਂ ਦੇ ਮੰਤਰੀ ਨੇ ਦਿੱਲੀ ਦੇ, ਉਹਨਾਂ ਨੇ ਜਾਣਾ ਸੀ ਤਾਂ ਉਹਨਾਂ ਨੂੰ ਇਜਾਜ਼ਤ ਨਹੀਂ ਮਿਲੀ ਵਿਦੇਸ਼ ਜਾਣ ਦੀ. ਤਾਂ ਅਜਿਹੇ ਬਹੁਤ ਸਾਰੇ ਪਹਿਲਾਂ ਵੀ ਜਿਹੜੇ ਨੇ ਉਹ ਘਟਨਾਕ੍ਰਮ ਹੋਇਆ, ਕਹਿ ਲਈਏ ਕਿ ਅਜਿਹੀਆਂ ਤਸਵੀਰਾਂ ਸਾਨੂੰ ਵੇਖਣ ਨੂੰ ਮਿਲੀਆਂ ਜਦੋਂ ਇਸ ਤਰੀਕੇ ਦੇ ਨਾਲ ਇਜਾਜ਼ਤ ਨਹੀਂ ਮਿਲੀ, ਤਾਂ ਆਮ ਆਦਮੀ ਪਾਰਟੀ ਦੇ ਵੱਲੋਂ ਸਿਆਸਤ ਦੇ ਇਲਜ਼ਾਮ ਲਗਾਏ ਜਾ ਰਹੇ ਨੇ. ਤਾਂ ਪੰਕਜ ਕਪਾਹੀ ਨੇ ਮੇਰੇ ਸਹਿਯੋਗੀ ਫੋਨ ਲਾਈਨ ਤੇ. ਪੰਕਜ, ਹੁਣ ਸਪੀਕਰ ਕੁਲਤਾਰ ਸੰਧਵਾ ਨੂੰ ਇਜਾਜ਼ਤ ਨਹੀਂ ਮਿਲੀ ਹੈ, ਇੱਥੇ ਕੀ ਵਜ੍ਹਾ ਦੱਸੀ ਗਈ ਹੈ? ਦੇਖੋ, ਵਜ੍ਹਾ ਤਾਂ ਵਿਧਾਨ ਸਭਾ ਦੇ ਸਪੀਕਰ ਕਹਿ ਰਹੇ ਨੇ ਕੋਈ ਨਹੀਂ ਦੱਸੀ, ਲੇਕਿਨ ਮਨਜ਼ੂਰੀ ਨਹੀਂ ਦਿੱਤੀ ਗਈ ਕਿਉਂਕਿ ਅਮਰੀਕਾ ਦੇ ਵਿੱਚ ਇੱਕ ਸੈਮੀਨਾਰ ਹੋਣਾ ਸੀ. ਉਹਨਾਂ ਦਾ ਕਹਿਣਾ ਸੀਗਾ ਕਿ ਦੁਨੀਆ ਭਰ ਦੇ
ਸਿਆਸੀ ਲੀਡਰ ਉਸ ਦੇ ਵਿੱਚ ਸ਼ਾਮਿਲ ਹੋ ਰਹੇ ਸੀਗੇ ਔਰ 50 ਦੇ ਕਰੀਬ ਸਿਆਸੀ ਲੀਡਰ ਜਿਹੜੇ ਨੇ ਉਹ ਭਾਰਤ ਤੋਂ ਉਸ ਜਗ੍ਹਾ ਤੇ ਜਾ ਰਹੇ ਸੀਗੇ ਔਰ ਉਹਨਾਂ ਦੇ ਵਿੱਚ ਇਹਨਾਂ ਦਾ ਕਹਿਣਾ ਸੀ ਕਿ ਹਿਮਾਚਲ ਦੇ ਰਾਜਪਾਲ ਨੂੰ ਮਨਜ਼ੂਰੀ ਨਹੀਂ ਦਿੱਤੀ ਗਈ, ਕੁਝ ਹੋਰ ਸੂਬਿਆਂ ਦੇ ਰਾਜਪਾਲ ਨੂੰ ਮਨਜ਼ੂਰੀ ਨਹੀਂ ਦਿੱਤੀ ਗਈ, ਕੁਝ ਨੂੰ ਕਲੀਅਰੈਂਸ ਵੀ ਮਿਲੀ ਹੈ। ਤਾਂ ਉਹਨਾਂ ਦਾ ਇਹ ਕਹਿਣਾ ਹੈ ਕਿ ਜਾਣਬੁੱਝ ਕੇ ਸਿਆਸੀ ਬਦਲਾਖੋਰੀ ਦੇ ਤਹਿਤ ਜਿਹੜਾ ਵੈ ਇਸ ਤਰੀਕੇ ਨਾਲ ਮਨਜ਼ੂਰੀ ਨਹੀਂ ਦਿੱਤੀ ਗਈ। ਉਹਨਾਂ ਦਾ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕੀ ਸੁਰੱਖਿਆ ਕਾਰਨ ਦੱਸੇਗੇ, ਤਾਂ ਉਹਨਾਂ ਦਾ ਕਹਿਣਾ ਸੀਗਾ ਕਿ ਮੁਲਕ ਇੰਨਾ ਵੱਡਾ ਵੈ ਤਾਂ ਕੋਈ ਸੁਰੱਖਿਆ ਕਾਰਨਾਂ ਦਾ ਕੋਈ ਰੀਜ਼ਨ ਹੀ ਨਹੀਂ ਬਣਦਾ, ਸੁਰੱਖਿਆ ਪ੍ਰੋਵਾਈਡ ਕਰਵਾਈ ਜਾ ਸਕਦੀ ਸੀਗੀ। ਲੇਕਿਨ ਜਾਣਬੁੱਝ ਕੇ ਇਸ ਤਰੀਕੇ ਨਾਲ ਕੇਂਦਰ ਸਰਕਾਰ ਜਿਹੜੀ ਹੈ ਉਹ ਅਪੋਜੀਸ਼ਨ ਪਾਰਟੀ ਲੀਡਰਾਂ ਨੂੰ ਵਿਦੇਸ਼ ਜਾਣ ਤੋਂ ਜਿਹੜਾ ਵੈ ਉਹ ਰੋਕ ਰਹੀ ਹੈ। ਠੀਕ ਹੈ ਬਹੁਤ ਬਹੁਤ ਸ਼ੁਕਰੀਆ ਪੰਕਜ ਤਮਾਮ ਜਾਣਕਾਰੀ ਲਈ, ਧੰਨਵਾਦ ਹੈ। ਤਾਂ ਸਪੀਕਰ ਕੁਲਤਾਰ ਸੰਧਵਾ ਉਹਨਾਂ ਦੇ ਨਾਲ ਗੱਲਬਾਤ ਕੀਤੀ ਹੈ ਪੰਕਜ ਕਪਾਕੀ ਨੇ, ਉਹਨਾਂ ਨੇ ਜ਼ਿਕਰ ਕੀਤਾ ਪੰਕਜ ਨੇ ਕਿ ਉਹਨਾਂ ਨੇ ਵਜ੍ਹਾ ਤਾਂ ਨਹੀਂ ਦੱਸੀ ਪਰ ਉਹਨਾਂ ਨੇ ਇਹਨਾਂ ਜ਼ਰੂਰ ਕਿਹਾ ਹੈ ਕਿ ਸਿਆਸੀ ਏਜੰਡੇ ਦੇ ਤਹਿਤ ਸਿਰਫ ਤੇ ਸਿਰਫ ਸਿਆਸਤ ਦੇ ਤਹਿਤ ਉਹਨਾਂ ਨੂੰ ਇਜਾਜ਼ਤ ਨਹੀਂ ਮਿਲੀ। ਹਾਲਾਂਕਿ ਜਦੋਂ ਆਮ ਆਦਮੀ ਪਾਰਟੀ ਦੇ ਨਾਲ ਅਸੀਂ ਗੱਲਬਾਤ ਕੀਤੀ ਸੀ ਸੀਮਾਨ ਦੇ ਮਸਲੇ ਤੇ, ਤਾਂ ਉਹਨਾਂ ਨੇ ਕਿਹਾ ਸੀ ਕਿ ਬਹੁਤ ਜ਼ਿਆਦਾ ਭੀੜ ਭਾੜ ਕਰਕੇ ਇਹ ਕਿਹਾ ਜਾ ਰਿਹਾ ਕਿ ਉਹਨਾਂ ਨਹੀਂ ਜਾਣ ਦਿੱਤਾ ਜਾ ਰਿਹਾ। ਪਰ ਹੁਣ ਅਮਰੀਕਾ ਦਾ ਜ਼ਿਕਰ ਕੀਤਾ ਜਾਏ ਤਾਂ ਸਪੀਕਰ ਕੁਲਤਾਰ ਸੰਧਵਾ ਨੂੰ ਇਜਾਜ਼ਤ ਨਹੀਂ ਮਿਲੀ, ਤਾਂ ਉੱਥੇ ਸਿਆਸੀ ਕਾਨਫਰੰਸ ਸੀ ਤਾਂ ਬਹੁਤ ਜ਼ਿਆਦਾ ਭੀੜ ਜਿਹੜੀ ਹੈ ਜਿਵੇਂ ਓਲੰਪਿਕ ਦੇ ਵਿੱਚ ਓਨੀ ਜ਼ਿਆਦਾ ਤਾਂ ਨਹੀਂ ਹੋਏਗੀ, ਤਾਂ ਇਸ ਦਾ ਇੱਕ ਕੰਪੈਰੀਜ਼ਨ ਕੀਤਾ ਜਾ ਸਕਦਾ। ਹਾਲਾਂਕਿ ਵਜ੍ਹਾ ਇਸ ਦੇ ਪਿੱਛੇ ਕੀ ਹੈ ਇਹ ਨਹੀਂ ਦੱਸਿਆ ਗਿਆ, ਪਰ ਇੰਨਾ ਜ਼ਰੂਰ ਹੈ ਹਿਮਾਚਲ ਦੇ ਜਿਹੜੇ ਰਾਜਪਾਲ ਨੇ ਹੋਰ ਵੀ ਰਾਜਪਾਲ ਨੇ ਉਹਨਾਂ ਨੂੰ ਇਜਾਜ਼ਤ ਨਹੀਂ ਮਿਲੀ, ਔਰ ਕਈ ਹੋਰ ਅਜਿਹੇ ਲੀਡਰ ਹੈ ਜਿਨ੍ਹਾਂ ਨੂੰ ਇਜਾਜ਼ਤ ਦਿੱਤੀ ਗਈ ਹੈ ਉਹ ਜਾ ਰਹੇ ਨੇ, ਪਰ ਸਪੀਕਰ ਕੁਲਤਾਰ ਸੰਧਵਾ ਨੂੰ ਇਜਾਜ਼ਤ ਨਹੀਂ ਦਿੱਤੀ ਗਈ ਹੈ। ਅਮਰੀਕਾ ਜਾਣਾ ਸੀ ਉਹਨਾਂ ਨੇ, ਉੱਥੇ ਸਿਆਸੀ ਕਾਨਫਰੰਸ ਸੀ ਪਰ ਕਲੀਅਰੈਂਸ ਕੇਂਦਰ ਤੋਂ ਨਹੀਂ ਮਿਲੀ। ਆਪਣੇ ਆਪ ਦੇ ਵਿੱਚ ਇਹ ਜਿਹੜਾ ਮਸਲਾ ਹੈ ਸੁਭਾਵਿਕ ਤੌਰ ਤੇ ਉੱਠਿਆ ਹੈ ਕਿਉਂਕਿ ਪਹਿਲਾਂ ਸੀਐਮ ਔਰ ਹੁਣ ਸਪੀਕਰ ਕੁਲਤਾਰ ਸੰਧਵਾ। ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸੰਧਵਾ ਨਿਊਜ਼ 18 ਤੇ ਜੁੜੇ ਨੇ। ਸੰਧਵਾ ਸਾਹਿਬ, ਅਮਰੀਕਾ ਤੁਸੀਂ ਜਾਣਾ ਸੀਗਾ, ਜਾਣਕਾਰੀ ਇਹ ਮਿਲੀ ਹੈ ਕਿ ਤੁਹਾਨੂੰ ਪੋਲੀਟੀਕਲ ਕਲੀਅਰੈਂਸ ਨਹੀਂ ਮਿਲੀ, ਕਦੋਂ ਅਮਰੀਕਾ ਜਾਣਾ ਸੀ ਔਰ ਕਿਸ ਵਜ੍ਹਾ ਕਰਕੇ ਅਮਰੀਕਾ ਜਾਣਾ ਸੀਗਾ ਔਰ ਕਿਉਂ ਨਹੀਂ ਕਲੀਅਰੈਂਸ ਜਿਹੜੀ ਹੈ ਤੁਹਾਨੂੰ ਦਿੱਤੀ ਗਈ? ਦੇਖੋ, ਦੁਨੀਆ ਦੇ 3000 ਤੋਂ ਵੱਧ MLA ਨੇ ਇਕੱਠੇ ਹੋਣਾ ਅਮਰੀਕਾ ਦੇ ਲੂਵਿਲੇ ਸ਼ਹਿਰ ਦੇ ਵਿੱਚ, ਕੈਂਟਕੀ ਸਟੇਟ ਦੇ ਵਿੱਚ ਜੀ। ਉੱਥੇ ਸਾਰਾ ਵਿਚਾਰਾਂ ਦਾ ਆਦਾਨ ਪ੍ਰਦਾਨ ਹੁੰਦਾ ਤੇ ਅਸੀਂ ਡੈਮੋਕ੍ਰੇਸੀ ਨੂੰ ਸਸ਼ਕਤ ਕਰਨ ਵਾਸਤੇ ਇਹ ਐਕਸਰਸਾਈਜ਼ ਕੀਤੀ ਜਾਂਦੀ ਹੈ ਜੀ। ਔਰ ਇਹਦੇ ਵਿੱਚ ਮੈਂ ਵੀ ਅਪਲਾਈ ਕੀਤਾ ਸੀ, ਹਿਮਾਚਲ ਦੇ ਸਪੀਕਰ ਸਾਹਿਬ ਨੇ ਅਪਲਾਈ ਕੀਤਾ ਸੀ, ਕਰਨਾਟਕ ਦੇ ਸਪੀਕਰ ਸਾਹਿਬ ਨੇ ਅਪਲਾਈ ਕੀਤਾ ਸੀ, 40-50 ਦੇ ਕਰੀਬ ਲੋਕ ਉੱਥੇ ਜਾ ਰਹੇ ਨੇ, ਕੇਰਲ ਦੇ ਸਪੀਕਰ ਸਾਹਿਬ ਨੇ ਅਪਲਾਈ ਕੀਤਾ ਸੀ, ਹੋਰ ਵੀ ਸਪੀਕਰ ਸਾਹਿਬਾਨ ਨੇ ਅਪਲਾਈ ਕੀਤਾ ਸੀ, ਕਈਆਂ ਨੂੰ ਮਿਲ ਗਈ ਹੈ। ਲੇਕਿਨ ਮੈਨੂੰ ਹਿਮਾਚਲ, ਕਰਨਾਟਕ ਔਰ ਕੇਰਲ ਇੱਥੋਂ ਦੇ ਮਾਣਯੋਗ ਸਪੀਕਰ ਸਾਹਿਬਾਨ ਨੂੰ ਉਹਨਾਂ ਨੇ ਇਹ ਡਿਨਾਈ ਕਰ ਦਿੱਤੀ। ਕਿੰਨੀ ਤਰੀਕ ਨੂੰ ਜਾਣਾ ਸੀਗਾ ਔਰ ਕਿੰਨੇ ਦਿਨ ਦਾ ਪ੍ਰੋਗਰਾਮ ਸੀਗਾ ਔਰ ਕੀ ਇਕੱਲੇ ਜਾਣਾ ਸੀ? ਹਾਂ, ਇਹ 4-7 ਦਾ ਪ੍ਰੋਗਰਾਮ ਸੀ ਜੀ, ਤੇ ਕੱਲ ਡਿਨਾਈ ਕਰਤੀ ਉਹਨਾਂ ਨੇ ਸ਼ਾਮੀ। ਰੀਜ਼ਨ ਦੱਸਿਆ ਕਿਉਂ ਡਿਨਾਈ ਕੀਤੀ ਗਈ? ਉਹ ਰੀਜ਼ਨ ਨਹੀਂ ਦੱਸਦੇ ਜੀ, ਉਹ ਵੱਡੇ ਮੁੰਡੇ ਦੇ, ਕਿਉਂਕਿ ਪੋਲੀਟੀਕਲ ਕਲੀਅਰੈਂਸ ਦਾ ਜ਼ਿਕਰ ਹੁੰਦਾ, ਸੁਰੱਖਿਆ ਦੇ ਹਵਾਲੇ ਦਾ ਜ਼ਿਕਰ ਹੁੰਦਾ, ਕਿਉਂਕਿ ਜਾਣਕਾਰੀ ਇਹ ਵੀ ਮਿਲੀ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਵੀ ਪੈਰਿਸ ਜਾਣਾ ਸੀ ਹਾਕੀ ਦੀ ਟੀਮ ਨੂੰ ਹੌਸਲਾ ਅਫਜ਼ਾਈ ਦੇ ਲਈ, ਉਹਨਾਂ ਨੂੰ ਵੀ ਕਲੀਅਰੈਂਸ ਜਿਹੜੀ ਉਹ ਨਹੀਂ ਦਿੱਤੀ ਗਈ। ਦੇਣੀ ਚਾਹੀਦੀ ਹੈ, ਕਿਉਂ ਨਹੀਂ ਦੇਣੀ? ਲੇਕਿਨ ਉਹਨਾਂ ਨੂੰ ਵੀ ਕਲੀਅਰੈਂਸ ਨਹੀਂ ਦਿੱਤੀ ਗਈ। ਇਸ ਦੇ ਪਿੱਛੇ ਤੁਹਾਨੂੰ ਇਹ ਲੱਗਦਾ ਹੈ ਕਿ ਤੁਸੀਂ ਓਪੋਜੀਸ਼ਨ ਪਾਰਟੀਆਂ ਦੇ ਵਿੱਚ ਬੈਠੇ ਹੋ, ਕਿਉਂਕਿ ਇਸ ਤੋਂ ਪਹਿਲਾਂ ਕੇਜਰੀਵਾਲ ਹੋਰਾਂ ਨੇ ਸਿੰਗਾਪੁਰ ਜਾਣਾ ਸੀ, ਉਹਨਾਂ ਨੂੰ ਕਲੀਅਰੈਂਸ ਨਹੀਂ ਦਿੱਤੀ ਗਈ, ਗੋਪਾਲ ਰਾਏ ਹੋਰਾਂ ਨੇ ਅਮਰੀਕਾ ਜਾਣਾ ਸੀ। ਪਹਿਲੀ ਨਜ਼ਰੇ ਤੇ ਪੋਲੀਟੀਕਲ ਹੀ ਲੱਗਦਾ, ਬਾਕੀ ਦੇਖੋ। ਹਾਂ, ਪਹਿਲੀ ਨਜ਼ਰੇ ਪੋਲੀਟੀਕਲ ਲੱਗਦਾ ਜੀ। ਤੁਸੀਂ ਅੱਜ ਰਵਾਨਾ ਹੋਣਾ ਸੀਗਾ?
ਹਾਂਜੀ ਅੱਜ ਰਵਾਨਾ ਹੋਣਾ ਜੀ 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 ਤੇ ਹੁਣ ਦੁਬਾਰਾ ਐਮ ਈ ਏ ਨਾਲ ਸੰਪਰਕ ਕਰੋਗੇ ਹੁਣ ਹੋਰ ਕਿਸੇ ਲਈ ਕਰਾਂਗੇ ਹਾਂਜੀ ਕਰਾਂਗੇ ਜੀ